ਸੋ ਮੈਂ ਅੱਜ ਕੱਲ ਦੇ ਆਸ਼ਕਾਂ ਦੀ ਗੱਲ ਕਰਨੀ ਆ। ਪਲੀਜ਼ ਕੋਈ ਗੁੱਸਾ ਨਾ ਕਰਿਓ, ਮੇਰਾ ਕਿਸੇ ਨਾਲ ਕੋਈ ਵੈਰ ਕੋਈ ਵਿਰੋਧ ਨਹੀਂ ਹੈਗਾ। ਹੋ ਸੂਟ ਬੂਟ ਪਾ ਸੋਹਣੇ ਚੱਲ ਲਗਾ ਕੇ ਵਾਲਾਂ ਨੂੰ ਸਮੱਖਣ ਸ਼ੇਰ ਪੁੱਤ ਤੇ ਦਿਲੋਂ ਧੰਨਵਾਦ ਆ ਤੁਹਾਡੀ, ਬਹੁਤ ਅੱਛੀ ਕਤਰ ਸਰ। ਇਹ ਸੁਬਾ ਨਿਕਲ ਤੇ ਘਰੋਂ ਤੇ ਵੜਦੇ ਘਰੇ ਤੇ ਗਾਲਾਂ ਨੂੰ ਇਹ ਨਾਲ ਜੀਨ ਦੇ ਜਦੋਂ ਛੋਟ ਜਿਹੀ ਕੁੜਤੀ ਪਾ ਲੈਂਦੇ ਫਿਰ ਕੰਨ ਤੇ ਲਾ ਕੇ ਫੋਨ ਤੇ ਫੋਕੀ ਟੋਰ ਬਣਾ ਲੈਂਦੇ। 250 ਦਾ ਫੋਨ ਹੁੰਦਾ ਤੇ 10 ਦੀ ਸਿਮ ਹੁੰਦੀ, ਬੈਲੈਂਸ ਵੀ ਨਹੀਂ ਹੁੰਦਾ ਤੁਹਾਡੇ ਫੋਨ 'ਚ, ਏਦਾਂ ਹੀ ਹੋਏ ਅੱਜ ਕੱਲ੍ਹ ਦੇ ਨੇ ਆਸ਼ਕ ਤੁਰਦੇ ਵਾਂਗ ਬਿਮਾਰਾਂ ਦੇ। ਬਈ ਟੱਬਰ ਮਰਦਾ ਭੁੱਖਾ ਤੇ ਆਖਣ ਪੁੱਤ ਸਰਦਾਰਾਂ ਦੇ, ਹੋ ਟੱਬਰ ਮਰਦਾ ਭੁੱਖਾ ਤੇ ਆਖਣ ਪੁੱਤ ਸਰਦਾਰਾਂ ਦੇ। ਇਹ ਸਰਦਾਰ ਸਾਹਿਬ ਇਹਨਾਂ ਦੇ ਕਿਹੜੇ ਟਰਾਲੇ ਚੱਲਦੇ ਆ, ਤਾੜੀ ਮਾਰੋ ਜਰਾ ਦੱਬ ਕੇ ਮੈਂ ਤੁਹਾਡੇ ਨਾਲ ਆ, ਤਾੜੀ ਮਾਰੋ ਜਰਾ ਸਾਰੇ ਜਣੇ ਦੱਬ ਕੇ। ਮੱਖਣ ਸ਼ੇਰਪੁਰੀ ਸਾਡੇ ਗੁਰੂ ਸਮਾਨ ਨੇ, ਬੜੇ ਸ਼ੁਕਰ ਗਿਆ ਰਿਹਾ ਬਾਬਾ ਜੀ, ਜਰਾ ਗੌਰ ਨਾਲ ਸੁਣਨਾ ਇਹਨਾਂ ਦੀਆਂ, ਹੁਣ ਮੈਂ ਦੱਸਦਾ ਜਰਾ। ਉਹ 200 ਵਾਲੀ ਜੀਨ ਟੌਪ ਨਾਲ 130 ਦਾ ਇਹ ਅੱਖਾਂ ਉੱਤੇ ਲਾ ਲੈਂਦੀ ਫਿਰ ਚਸ਼ਮਾ ਬੀਆਂ ਦਾ, ਇਧਰ ਉਹ ਹੋਣ ਵਾਲਾ ਇਹ ਰੀਸਾਂ ਕਰਦੀਆਂ ਵੇਖ ਵੇਖ ਕੇ ਮੇਮਾਂ ਕੋਹਨੀਆਂ ਨੂੰ, ਆ ਗੁੱਤਾਂ ਨੂੰ ਕਟਵਾ ਕੇ ਰੱਖੀ ਫਿਰਦੀਆਂ ਪੋਨੀਆਂ ਨੂੰ, ਇਹ ਤੋਰਨ ਵੇਕਲੀ ਤੁਰਦੀਆਂ, ਤੁਰ ਕੇ ਦਿਖਾ ਦੇਖ ਜਦੋਂ ਕੁੱਤੀ ਦੀ ਪੂਛ ਤੇ ਪੈ ਰਿਹਾ, ਇਹ ਤੋਰਨ ਵੇਕਲੀ ਤੁਰਦੀਆਂ ਮਾਲਕ ਜਿਹੇ ਜਗੀਰਾਂ ਦੀ, ਇਹਦਾ ਬੁੜਾ ਵੇਚਦਾ ਕੱਛੇ ਤੇ ਆ ਖੇਤੀ ਹੀ ਅਮੀਰਾਂ, ਬੁੜਾ ਵੇਚਦਾ ਕੱਛੇ ਤੇ ਆ ਖੇਤੀ ਹੀ ਅਮੀਰਾਂ। ਤੇ ਕੋਈ ਗੱਲ ਨੀ ਤੁਹਾਡੀਆਂ ਕਰ ਤੂੰ ਵੀ ਦੱਸ ਦੇ। ਹੋ ਕਾਕਾ ਲੱਗਾ ਸੂਟੇ ਤੇ ਹੱਥ ਪਹਿਨਣ ਬਸਤਾ ਏ, ਬਈ ਪੁੱਤਰ ਕਰਦਾ ਐਸ਼ ਪਿਓ ਚਲਾਉਂਦਾ ਰਿਕਸ਼ਾ ਏ, ਆਪੋ ਮਾਗਦੀ ਠੰਡ ਤੇ ਪਿਓ ਦੇ ਪੈਰੀ ਬੂਟ ਨਹੀਂ, ਬਈ ਮਾਂ ਸਿਰ ਪਾਟੀ ਚੁੰਨੀ ਪੁੱਤ ਦੇ ਮਾੜੇ ਸੂਟ ਨਹੀਂ, ਆਹ ਲੈ ਬਈ ਪੁੱਤ ਨੇ ਫੜ ਲਈ ਧਾੜੀ ਲੱਗ ਪਿੱਛੇ ਲੰਡੂ ਯਾਰਾਂ ਦੇ। ਅਕਸਰ ਘਰਾਂ ਦੇ ਵਿੱਚ ਹੋ ਜਾਂਦਾ ਜਦੋਂ ਕਿਸੇ ਦੀ ਚੱਕਣਾ ਚ ਆ ਜਾਂਦਾ, ਬਈ ਟੱਬਰ ਮਰਦਾ ਭੁੱਖਾ ਤੇ ਆਖਣ ਪੁੱਤ ਸਰਦਾਰਾਂ ਦੇ, ਹੋ ਟੱਬਰ ਮਰਦਾ ਭੁੱਖਾ ਤੇ ਆਖਣ ਪੁੱਤ ਸਰਦਾਰਾਂ ਦੇ। ਉਹ 70 ਵਾਲਾ ਪਰਸ ਰੁਪਈਏ ਕੁੱਲ ਵਿੱਚ 35 ਏ, ਇਹ 20 ਰੁਪਈਏ ਧਾਰੇ ਲੈ ਕੇ ਪੀਂਦੀ ਫੈਂਸੀ, ਉਹ ਕਾਲਜ ਦੇ ਵਿੱਚ ਪੜ੍ਹਦੀ ਉਹ ਜੇ ਅੰਗਰੇਜ਼ੀ ਆਉਂਦੀ ਨਹੀਂ, ਆ ਨਹੀਂ ਸਰ ਪਾਊਡਰ ਲਾ ਲੈਂਦੀ ਉਹਦਾ 6 ਦਿਨ ਨਹਾਉਂਦੀ, ਇਹ ਉਦਾਂ ਹੀ ਲਿਪੀ ਸਮਾ ਲੈਂਦਾ ਮੇਕਅਪ ਜਲਾ ਤੇ ਚੀਖਾਂ ਨਿਕਲ ਆਉਂਦੀਆਂ, ਇਹ ਫੈਸ਼ਨ ਆ ਪੱਟੀ, ਇਧਰੋਂ ਆ ਜਾ ਮਾੜਾ ਜਾ ਹੁਣ ਜਾ ਕੇ, ਇਹ ਫੈਸ਼ਨ ਆ ਪੱਟੀ ਤੇ ਮਾਂ ਇਹਦੀ ਸਿਰ ਤੋਂ ਗੰਜੀ ਏ, ਇਹ 18 ਜੀਨੇ ਘਰ ਦੇ ਤੇ ਘਰ ਵਿੱਚ ਇੱਕੋ ਹੀ ਮੰਜੀ, ਉਹ ਵੀ ਖੜੀ ਕਰਕੇ ਬੁੜਾ ਮੱਖਣ ਸ਼ੇਰਪੁਰੀ ਜਾ, ਉਹ ਵੀ ਖੜੀ ਕਰਕੇ ਬੁੜਾ ਨਹਾਉਣ ਦਾ ਹੁੰਦਾ ਕਿਤੇ ਪ੍ਰਾਹੁਣਾ ਬਿਠਾਈਏ ਕਿਸੇ ਤੋਂ ਬਚਾਈਏ, ਇਹ 18 ਜੀਨੇ ਘਰ ਦੇ ਤੇ ਘਰ ਵਿੱਚ ਇੱਕੋ ਹੀ ਮੰਜੀ, ਉਹ ਮੰਜੀ ਇਹਨਾਂ ਬੁਣ ਲਈ ਉਹ ਵੀ ਘੱਟ ਘੱਟ ਲੀਰਾਂ ਦੀ, ਇਹਦਾ ਬੁੜਾ ਵੇਚਦਾ ਦਾਤਣਾ ਆ ਖੇਤੀ ਹੀ ਅਮੀਰਾਂ ਦੀ। ਗੱਲ ਮੈਨੂੰ ਲੱਗਦਾ ਟਾਈਮ ਮੇਰਾ ਘੱਟ ਆ ਕਿਉਂਕਿ ਮੇਰੀ ਗਲਤੀ ਹੈ, ਇਸ ਕਰਕੇ ਸ਼ੁਰੂ ਕਰਦੀ ਠੀਕ ਹੈ। ਉਹ ਮੱਛਰੀ ਆ ਫਿਰ ਦੀ ਮਾਟੀ ਵਿੱਚ
ਸਵਾਰੀਆਂ ਐਵੇਂ ਘੇਰੀਆਂ ਜਾਂਦੇ ਜਿੱਥੇ ਇੱਦਾਂ ਦੇ ਸਰਦਾਰ ਨਾਲ ਹੋਣ। ਬਹੁਤ ਸਾਰਾ ਮਾਣ, ਬਹੁਤ ਸਾਰਾ ਪਿਆਰ ਨਜ਼ਰ ਨਿਆ ਤੁਰਿਆ, ਬੜੇ ਸ਼ੁਕਰਗੁਜ਼ਾਰ ਹਾਂ। ਛੱਡ ਨੱਡੀ ਬੁੱਚੀ ਦਾ ਖਿਆਲ ਬੱਲੀਏ, ਉੱਤਕ ਜਾ ਤੂੰ ਆ ਕੇ ਸੀਨੇ ਨਾਲ ਬੱਲੀਏ। ਛੱਡ ਨੱਡੀ ਬੁੱਚੀ ਦਾ ਖਿਆਲ ਬੱਲੀਏ, ਉੱਤਕ ਜਾ ਤੂੰ ਆ ਕੇ ਸੀਨੇ ਨਾਲ ਬੱਲੀਏ। ਸਾਨੂੰ ਇੱਕੀਆਂ ਦੀ ਕੱਤੀ ਭਾਜੀ, ਇੱਕੀਆਂ ਦੀ ਕੱਤੀ ਭਾਜੀ, ਇੱਕੀਆਂ ਦੀ ਕੱਤੀ ਭਾਜੀ ਆਉਂਦੀ ਚਾੜਨੀ ਨਹੀਂ ਯਾਰ ਰੱਖੇ ਦਸ ਬਾਰੀ ਵਿੱਚ। ਤੇਰਿਆਂ ਪਾਈਆਂ ਤਾਂ ਮੈਨੂੰ ਰੱਤਾਂ ਵੀ ਨਾ ਡਰਨੀ, ਜੋ ਵੀ ਉਹਨਾਂ ਕਰਨਾ ਇਸ਼ੇ ਦੀ ਲੈਣ ਕਰ ਦੇ। ਤੇਰਿਆਂ ਪਾਈਆਂ ਤਾਂ ਮੈਨੂੰ ਰੱਤਾਂ ਵੀ ਨਾ ਡਰਨੀ, ਜੋ ਵੀ ਉਹਨਾਂ ਕਰਨਾ ਇਸ਼ੇ ਦੀ ਲੈਣ ਕਰਨੀ। ਸਾਨੂੰ ਦੁੱਧ ਤਮਲਾ ਹੀ ਬਿਲੋ, ਦੁੱਧ ਤਮਲਾ ਹੀ ਬਿਲੋ, ਦੁੱਧ ਤਮਲਾ ਹੀ ਬਿਲੋ, ਆਉਂਦੇ ਕਾੜਦੇ ਨੀ ਯਾਰ ਰੱਖੇ ਦਸ ਵਾਰੀ ਵਿੱਚ। ਬੁੱਚੀਆਂ ਦੇ ਦੇ ਬੁੱਟੇ ਚੱਕੇ ਚੱਕੇ
ਤੇ ਚੰਨੀ ਦੇ ਸਿਰ ਬਾਬੇ ਰੋਡੇ ਸ਼ਾਹ ਦਾ ਹੱਥ ਨੀ ਲੱਡੀ ਬੁਜਿਆਂ ਦੇ ਦੇਦੇ ਫੱਟੇ ਜਾਗੇ ਜਾਗਣੀ ਸਾਨੂੰ ਦੁੱਧ ਤੋਂ ਮਲਾ ਹੀ ਮਿਲੋ ਦੁੱਧ ਤੋਂ ਮਲਾ ਹੀ ਮਿਲੋ ਦੁੱਧ ਤੋਂ ਮਲਾ ਹੀ ਮਿਲੋ ਉਹਦੀ ਕਾੜਦੀ ਨਹੀਂ ਹਾਰ ਰੱਖੇ ਦਸ ਵਾਰੀ ਵਿੱਚ ਗੱਲ ਹੈ ਗੱਲ ਹੈ ਵੀ ਹਲਵਾਈ ਸਾਰੀ ਦੇਗ ਨੀ ਫੋਲ ਫੋਲ ਕੇ ਦੇਖਦਾ ਵਿੱਚ ਹੱਥ ਮਾਰ ਮਾਰ ਕੇ ਦੇਗ ਪੱਕੀ ਕੇ ਕੱਚੀ ਉਹਦੇ ਕਦਾਣਾ ਚੱਕ ਕੇ ਦੇਖ ਲੈਂਦਾ ਵੀ ਦੇਗ ਪੱਕੀ ਕੇ ਕੱਚੀ ਇੱਕ ਵਾਰੀ ਦੱਬ ਕੇ ਤਾੜੀ ਮਾਰੋ ਕੋਸ਼ਿਸ਼ ਹੁੰਦੀ ਆ ਮੇਰੀ ਗੁਰੂ ਜੀ ਕਿ ਜਿੰਨਾ ਵੀ ਵੱਧ ਤੋਂ ਵੱਧ ਮੈਂ ਆਪਣਾ ਮੈਟਰ ਕਵਾਂ ਮੇਰੀ ਆਪਣੀ ਪਹਿਚਾਣ ਹੋਵੇ ਇਸ ਕਰਕੇ ਬਿਲਕੁਲ ਨਵਾਂ ਗੀਤ ਜਿੰਨੇ ਵੀ ਪ੍ਰਬੰਧਕ ਕਮੇਟੀ ਆ ਸਾਰਿਆਂ ਨੂੰ ਸ਼ੁਕਰਗੁਜ਼ਾਰ ਕਰਦਾ ਕਿ ਜਿਹੜੇ ਬਸੇ ਮੈਨੂੰ ਬਹੁਤ ਮਾਣ ਬਖਸ਼ਦੇ ਬੜਾ ਪਿਆਰ ਬਖਸ਼ਦੇ ਆ ਬਿਲਕੁਲ ਨਵਾਂ ਗੀਤ ਇੱਕ ਘਰ ਦੀ ਲੜਾਈ ਹੈ ਕਿਹੜੀ ਲੜਾਈ ਜਰਾ ਗੌਰ ਕਰਨਾ ਜਰਾ ਬੋਲ ਕੇ ਦੱਸਦੇ ਆ ਸੋ ਇੱਥੇ ਆ ਜਾਓ ਜਰਾ ਆਪਣੀ ਲਾਸਟ ਹੀ ਹਾਜ਼ਰੀ ਆ ਬੋਪਰਾਂ ਵਾਲਿਓ ਪੈਸੇ ਜਲਦੀ ਦੇ ਦਿਓ ਮੈਨੂੰ ਇਹ ਨਾ ਸੋਚੋ ਜ਼ਿਆਦਾ ਕਮਾਉਣਾ ਖਾਨੀ ਵਧੀਆ ਕਮਾਉਂਦਾ ਮੇਰਾ ਟਾਈਮ ਬਹੁਤ ਘੱਟ ਆ ਕਿਉਂਕਿ ਮੇਰੀ ਇੰਨੀ ਬੜੀ ਆ ਮੈਂ ਇਹਨਾਂ ਦਾ ਬੜਾ ਸ਼ੁਕਰਗੁਜ਼ਾਰ ਹੈ ਕਿ ਜਿਹਨਾਂ ਨੇ ਮੇਰਾ ਮਾਣ ਰੱਖਿਆ ਇੰਨਾ ਲੇਟ ਆਏ ਤੇ ਵੀ ਕਮਾਇਆ ਦੱਬ ਕੇ ਤਾੜੀ ਮਾਰੋ ਕਮੇਟੀ ਦੇ ਨਾਂ ਤੇ ਪੈਸੇ ਨਾ ਕਿ ਮੈਂ ਆਪੇ ਵਾਧੂ ਲੈ ਲੈਣੇ ਨਹੀਂ ਵੀ ਦਿੰਦੇ ਉਹ ਕਿੱਥੇ ਕੜਾ ਲੁਕੋਇਆ ਤੂੜੀ ਫੋਲਣ ਬਹਿ ਜਾਣ ਲੜਾਈ ਤੇ ਹੋਣੀ ਜਦੋਂ ਇਦਾਂ ਦੇ ਪੁੱਠੇ ਕੰਮ ਕਰਨੇ ਇਹ ਹਰ ਘਰ ਦੀ ਲੜਾਈ ਹੈ ਉਹ ਦੂਜੇ ਤੀਜੇ ਦਿਨ ਹੀ ਗੁੜ ਤੂੰ ਘੋਲਣ ਬਹਿ ਜਾਣ ਕਿੱਥੇ ਕੜਾ ਲੁਕੋਇਆ ਤੂੜੀ ਫੋਲਣ ਬਹਿ ਜਾਣ ਕਿੱਥੇ ਕੜਾ ਲੁਕੋਇਆ ਤੂੜੀ ਫੋਲਣ ਬਹਿ ਜਾਣ ਕਿੱਥੇ ਕੜਾ ਲੁਕੋਇਆ ਤੂੜੀ ਫੋਲਣ ਬਹਿ ਜਾਣ ਹੁਣ ਤੱਕ ਤੇਰੀ ਮਾੜੀ ਅੱਖ ਨਹੀਂ ਨਾ ਛੱਡੀ ਵੇ ਹਾਂ ਕਹੀਂ ਨਾ ਛੱਡੀ ਵੇ ਹੋਏ ਉੱਤੇ ਪੁਲਸ ਪਵਾ ਤੂੰ ਹੁਣ ਤੂੰ ਜਿੱਤਣ ਕੱਢੀ ਵੇ ਉੱਤੇ ਪੁਲਸ ਪਵਾ ਤੂੰ ਹੁਣ ਤੂੰ ਜਿੱਤਣ ਕੱਢੀ ਵੇ ਚਾਹੇ ਉੱਤੇ ਪੁਲਸ ਪਵਾ ਤੂੰ ਹੁਣ ਤੂੰ ਜਿੱਤਣ ਕੱਢੀ ਵੇ ਉੱਤੇ ਪੁਲਸ ਪਵਾ ਤੂੰ ਹੁਣ ਤੂੰ ਜਿੱਤਣ ਕੱਢੀ ਵੇ ਗੱਲ ਹੈ ਵੀ ਪਾਪਾ ਇਹਨਾਂ ਨੂੰ ਇੱਕ ਗੱਲ ਦਾ ਨਹੀਂ ਪਤਾ ਲੱਗਾ ਜਨਾਨੀਆਂ ਨੂੰ ਹਜੇ ਤੱਕ ਨਹੀਂ ਪਤਾ ਲੱਗਾ ਇਹ ਸੋਚਦੀਆਂ ਕਿ ਕਹਿੰਦੇ ਬੰਦਿਆਂ ਨੂੰ ਪੁਲਸ ਫੜਦੀਆਂ ਤੈਨੂੰ ਪਤਾ ਅੱਜ ਕੱਲ੍ਹ ਲੇਡੀਜ਼ ਪੁਲਸ ਬਹੁਤ ਹੋ ਗਈਆਂ ਤੇਰਾ ਖੜਾ ਨਹੀਂ ਛੱਡਦਾ ਨੀ ਤੇਰਾ ਵੀ ਤੋਹਫਾ ਹੈ ਆਪਣੇ ਨਾਲ ਹੀ ਵੱਡੂਗਾ ਉਹ ਮੈਂ ਅੜਿਆ ਜੇ ਤੈਨੂੰ ਵੀ ਨਾ ਸੁੱਕੀ ਛੱਡੂਗਾ ਨੀ ਤੇਰਾ ਵੀ ਤੋਹਫਾ ਹੈ ਆਪਣੇ ਨਾਲ ਹੀ ਵੱਡੂਗਾ ਉਹ ਮੈਂ ਅੜਿਆ ਜੇ ਤੈਨੂੰ ਵੀ ਨਾ ਸੁੱਕੀ ਛੱਡੂਗਾ ਉਦੋਂ ਤੋਂ ਭੱਜ ਭੱਜ ਡੋਲੂ ਦੇ ਨਾਲ ਪਾਣੀ ਪਾਉਂਦੀ ਸੀ ਉਦੋਂ ਕਹਿੰਦੀ ਤੱਤਾ ਪਾਣੀ ਹੋ ਗਿਆ ਸ਼ਰਾਬ ਗਰਮ ਨਿਕਲਣੀ ਉਦੋਂ ਤੋਂ ਭੱਜ ਭੱਜ ਡੋਲੂ ਦੇ ਨਾਲ ਪਾਣੀ ਪਾਉਂਦੀ ਸੀ ਨੀ ਬੋਤਲ ਦੇ ਵਿੱਚ ਤੁੱਕਾ ਨੀ ਤੂੰ ਆਪ ਫਸਾਉਂਦੀ ਸੀ ਜੋ ਟੱਕਣ ਨੀ ਲੱਭਦੇ ਹੁੰਦੇ ਉਹ ਕੀ ਹੁੰਦਾ ਉਹ ਛੱਲੀ ਵਾਲੇ ਤੁੱਕੇ ਉਹੜਾ ਦਿੰਦੇ ਵਿੱਚ ਨੀ ਬੋਤਲ ਦੇ ਵਿੱਚ ਤੁੱਕਾ ਨੀ ਤੂੰ ਆਪ ਫਸਾਉਂਦੀ ਸੀ ਉਹ ਵਿੱਚੇ ਰੱਖੋ ਤੈਨੂੰ ਬਾਲਣ ਇਹੋ ਡਾਉਂਦੀ ਸੀ ਉਹ
ਚੌਂਕੀ ਜਾਂਦੇ ਵੇ ਕੋਲ ਖਲੋ ਕੇ ਪਟੇਲ ਮਾਉ ਚੌਂਕੀ ਜਾਂਦੇ ਵੇ ਤੂੰ ਪਾਪਾ ਪਾਪਾ ਆਖੇਗਾ ਕੰਨੀ ਹੱਥ ਲੱਗਵੇ ਸਭਾ ਸਾਰਾ ਆਸ਼ੀਰਵਾਦ ਸੰਗਤ ਵੱਲੋਂ ਕਮੇਟੀ ਵੱਲੋਂ ਹੋ ਰਿਹਾ ਗੱਲ ਸੁਣਿਓ ਜਰਾ ਇੱਧਰ ਹੁਣ ਮੈਂ ਦੇਖਿਓ ਕੀ ਕਹਿਣਾ ਕੋਲ ਖਲੋ ਕੇ ਪਟੇ ਲਵਾਉ ਚੌਂਕੀ ਜਾਂਦੇ ਵੇ ਪਾਪਾ ਪਾਪਾ ਆਖੇ ਦਾ ਕੰਨੀ ਹੱਥ ਲੱਗੇ ਵੇ ਪਾਪਾ ਪਾਪਾ ਆਖੇ ਦਾ ਕੰਨੀ ਹੱਥ ਲੱਗੇ ਵੇ ਚਿੱਕੇ ਗੱਜ ਸੱਪ ਦੇ ਮੂੰਹ ਵਿੱਚ ਚਿੱਕੇ ਡੱਡੀ ਵੇ ਤੂੰ ਚਿੱਕੇ ਗੱਜ ਸੱਪ ਦੇ ਮੂੰਹ ਵਿੱਚ ਚਿੱਕੇ ਡੱਡੀ ਵੇ ਤੇਰਾ ਹਾਲ ਪਤਾ ਕਿੱਦਾਂ ਇੱਦਾਂ ਹੋਣਾ ਏਦਾਂ ਚੀਕਣਾ ਜਿਵੇਂ ਸੱਪ ਦੇ ਵਿੱਚ ਡੱਡੀ ਚੀਕਦੀ ਹੈ ਉਹ ਚੀਕੇਗਾ ਜਿਵੇਂ ਸੱਪ ਦੇ ਮੂੰਹ ਵਿੱਚ ਚੀਕੇ ਡੱਡੀ ਵੇ ਹਾਏ ਉੱਤਾ ਪੁੱਤ ਫਵਾਦੂ ਹੁਣ ਤੂੰ ਜਿੱਤਣ ਕੱਢੀ ਵੇ ਫੜਾ ਮੈਂ ਅੱਗ ਜਰਾ ਨੀ ਹੋਈਆਂ ਜਦੋਂ ਦਵਾਲੇ ਤੇਰੇ ਚਾਰ ਚ ਪੈਣਾ ਨਹੀਂ ਫਿਰ ਤੂੰ ਵੀ ਮੇਰੇ ਨੇੜੇ ਬੀਬੀ ਬੀਬੀ ਕਹਿਣਾ ਦੀ ਨੀ ਹੋਈਆਂ ਜਦੋਂ ਦਵਾਲੇ ਤੇਰੇ ਚਾਰ ਚ ਪੈਣਾ ਨਹੀਂ ਫਿਰ ਤੂੰ ਵੀ ਮੇਰੇ ਨੇੜੇ ਬੀਬੀ ਬੀਬੀ ਕਹਿਣਾ ਨਹੀਂ ਨੀ ਆਪਣੇ ਬਕਸੇ ਵਿੱਚ ਸ਼ਿਕਾਲਾ ਆਪ ਲਗਾਉਂਦੀ ਸੀ ਤੂੰ ਆਪਣੇ ਬਕਸੇ ਵਿੱਚ ਸ਼ਿਕਾਲਾ ਆਪ ਲਗਾਉਂਦੀ ਸੀ ਹਾਂ ਵਿਚਾਰਾ ਗੋਂ ਤੈਨੂੰ ਬਾਲਣੇ ਹੋਏ ਡਾਉਂਦੀ ਸੀ ਗੱਲ ਕੀ ਕਰਨੀ ਹੁਣ ਗੱਲ ਆਉਂਦੀ ਨੀ ਹਾਰ ਕੇ ਬੰਦੇ ਨੂੰ ਹਾਰਨਾ ਪੈਂਦਾ ਜਨਾਨੀ ਮੁਰੇ ਪਰ ਇੰਨਾ ਵੀ ਨਹੀਂ ਜਿੰਨਾ ਸਮਝੀ ਜਾਂਦੀ ਕਿ ਦਿਮਾਗ ਚੱਲ ਸਾਰਾ ਯਾਰ ਗਿਆ ਪਰ ਹਟਣਾ ਫੇਵ ਨਹੀਂ ਕਦੇ ਕਤਾਈ ਕੱਟਾਂਗਾ ਮੈਂ ਤੇਰੀ ਮੰਨਾ ਨੀ ਮੋਟਾ ਕਰਦੇ ਬੰਦ ਲੜਾਈਆਂ ਵਾਲਾ ਬੰਨਾ ਨੀ ਕਦੇ ਕਤਾਈ ਕੱਟਾਂਗਾ ਮੈਂ ਤੇਰੀ ਮੰਨਾ ਨੀ ਓਏ ਮੋਟਾ ਕਰਦੇ ਬੰਦ ਲੜਾਈਆਂ ਵਾਲਾ ਬੰਨਾ ਨੀ ਓਏ ਪੱਲ ਬਤਾਲੇ ਝਗੜਾ ਦਾਰੂ ਰੋਜ਼ ਕਰਾਉਂਦੀ ਆ ਓਏ ਪੱਲ ਬਤਾਲੇ ਝਗੜਾ ਦਾਰੂ ਰੋਜ਼ ਕਰਾਉਂਦੀ ਆ ਕਹਿੰਦੇ ਭਾਜੀ ਲੈ ਚੱਲੀ ਥਾਣੇ ਕੱਲਿਆਂ ਦੇ ਇਕੱਠੇ ਥਾਣੇ ਵੀ ਨਹੀਂ ਜੀ ਲੱਗਦਾ ਤਾੜੀ ਮਾਰੋ ਜਿਹੜੇ ਦੱਬ ਕੇ ਉਹ ਵਿੱਚ ਰੱਖੋ ਤੈਨੂੰ ਬਾਲਣ ਇਹੋ ਡਾਉਂਦੀ ਆ ਮਜੀਸ਼ੀਅਨ ਕਰਵਾ ਦੇਣਾ ਤੇ ਤਾੜੀ ਮਾਰ ਦੇਣਾ ਸੋ ਕਿਆ ਬਾਤ ਹੈ ਬੜੇ ਅੱਛੇ
ਮਜੀਸ਼ੀਅਨ ਪਰਿਵਾਰ ਤਾਂ ਦਿਲੋਂ ਰਿਣੀ ਆ, ਸ਼ੁਕਰਗੁਜ਼ਾਰ ਆ ਸਾਰੀ ਕਮੇਟੀ ਦੀ, ਸੰਗਤ ਦੀ ਸਮਰਣੀ ਆ, ਬੋਲੀਏ ਸਾਚੇ ਦਰਬਾਰ ਕੀ, ਜਿਨ੍ਹਾਂ ਦੇ ਦਰਬਾਰ 'ਤੇ ਹਾਜ਼ਰੀ ਲਾਉਣ ਦਾ ਮੌਕਾ ਮਿਲਿਆ। ਸੋ ਤਾੜੀ ਬਾਰੇ ਕੀ ਖਿਆਲ, ਤਾੜੀ ਜਿਹਾ ਖਿੱਚ ਕੇ ਲਾ ਦਿਓ ਦੱਬ ਕੇ, ਸ਼ੁਕਰੀਆ ਮਿਹਰਬਾਨੀ, ਥੈਂਕ ਯੂ ਸੋ ਮਚ। ਵਾਜੀ ਵਾ, ਬੋਲਾਂ ਵਿੱਚ ਨਾ ਭੋਰਾ ਮਿਠਾਸ ਹੋਵੇ, ਇਕੱਲੇ ਰਾਗ ਸੁਣਾਉਣ ਦਾ ਕੀ ਫਾਇਦਾ। ਜਿਹੜਾ ਰੋਗੀ ਪਰਹੇਜ਼ ਨਹੀਂ ਰੱਖ ਸਕਦਾ ਉਹਦਾ ਇਲਾਜ ਕਰਾਉਣ ਦਾ ਕੀ ਫਾਇਦਾ। ਜੇ ਮੱਕੀ ਦੀ ਰੋਟੀ ਪਕਾਉਣੀ ਨਹੀਂ ਆਉਂਦੀ ਫਿਰ ਸਾਗ ਵੀ ਬਣਾਉਣ ਦਾ ਕੀ ਫਾਇਦਾ। ਤੋ ਸਾਰਾ ਕੁਝ ਤਾਂ ਹੀ ਚੰਗਾ ਲੱਗਦਾ ਜੇਕਰ ਮਾਹੌਲ ਅੱਛਾ ਹੋਵੇ, ਅਤੇ ਮਾਹੌਲ ਬਹੁਤ ਵਧੀਆ। ਇੱਕ ਵਾਰ ਜ਼ੋਰਦਾਰ ਤਾੜੀ, ਸਵਾਦ ਆ ਜਾਏ ਸਰੋਂ ਦਾ ਸਾਗ ਮੱਕੀ ਦੀ ਰੋਟੀ ਦੇ ਉੱਤੇ, ਅੱਧਾ ਕਿਲੋ ਪਾਏ ਹੋਏ ਮੱਖਣ ਵਾਲਾ, ਬੜੀ ਮਿਹਰਬਾਨੀ। ਤੋ ਲਓ ਹੁਣ ਇਹਨਾਂ ਦਾ ਸਨਮਾਨ ਸਤਿਕਾਰਯੋਗ ਸਾਡੇ ਗਿੱਲ ਸਾਹਿਬ ਚੰਨੀ ਗਿੱਲ ਅਤੇ ਹਲੀਨਾ ਸ਼ੇਰ ਗਿੱਲ, ਜਿਹਨਾਂ ਨੂੰ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਸਮਾਂ ਸਾਰਿਆਂ ਨੂੰ ਘੱਟ ਮਿਲਿਆ, ਹਾਲਾਂਕਿ ਵੱਧ ਮਿਲਣਾ ਚਾਹੀਦਾ ਸੀ, ਪਰ ਕਿਉਂਕਿ ਸਮਾਂ ਆਪਣੀ ਰਫਤਾਰ ਆਪਣੀ ਲੈ 'ਚ ਤੁਰਿਆ ਜਾਂਦਾ, ਇਹਨੂੰ ਰੋਕਣਾ ਬਹੁਤ ਔਖਾ ਹੈ, ਅਤੇ ਇਸ ਕਰਕੇ ਲਿਹਾਜ਼ਾ ਹੁਣ